ਨੇ ਕਰਜ਼ਾ ਦੇਣਾ ਸੀ, ਕਿੱਥੋਂ ਦੇਵਾਂਗੇ ਵੀਰੇ? ਸਾਨੂੰ ਬਹੁਤ ਔਖਾ ਹੋਇਆ ਪਿਆ, ਬੱਚਿਆਂ ਦੀ ਪੜ੍ਹਾਈ ਦਾ ਔਖਾ ਹੋਇਆ ਪਿਆ ਵੀਰੇ, ਅਸੀਂ ਹੁਣ ਕੀ ਕਰੀਏ ਅੱਗੇ? ਸਾਡੀ ਕੀ ਸੀ, ਬਹੁਤ ਔਖੇ ਹੋਏ ਪਏ, ਅਸੀਂ ਕਿਵੇਂ ਹਾਲ ਦਾ ਕਰਜ਼ਾ ਤਾਰਾਂਗੇ? ਅਸੀਂ ਅੱਗੇ ਕਿਵੇਂ ਕਮਾਈਏ? ਅਨਪੜ੍ਹਤਾ ਦੇ ਕਾਰਨ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਜਿਹੜੀ ਦਵਾਈ ਹੈ ਕੀ ਹੈ ਕਿਵੇਂ ਨਾ, ਬਸ ਉਹਨਾਂ ਜਿਹੀ ਜਿਹੀ ਮਿਲੀ ਉਹਨਾਂ ਨੂੰ ਉਹੀ ਜਿਹੀ ਘੋਲ ਕੇ ਇਹਨਾਂ ਨੇ ਮਾਰ ਗਿਆ। ਮਜ਼ਬੂਤ ਜ਼ਰੂਰ ਹੋਣਾ ਚਾਹੀਦਾ ਜੀ, ਪਰ ਬੰਦਾ ਪੜ੍ਹਿਆ ਲਿਖਿਆ ਵੀ ਜ਼ਰੂਰੀ, ਖਬਰਾਂ ਚਾਹੀਦਾ ਹੀ ਲਵੇ ਜੀ ਬੰਦਾ, ਵੀ ਇਹਨੂੰ ਦਵਾਈ ਬਾਰੇ ਦੱਸੇ ਵੀ ਕਿੰਨਾ ਪਊਗੀ, ਕਿੰਨੀ ਘੋਲ ਪਊਗਾ, ਅਤੇ ਉਹਦੀ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਹੋਰ ਕਮਾਈ ਹੈ ਵੀਰ ਜੀ, ਬਸ ਇਹੀ ਕਮਾਈ ਹੈ ਸਾਡੀ, ਤਾਂ ਇਹੀ ਸਾਡੀ ਬਰਬਾਦ ਹੋ ਗਈ ਜੀ, ਇਹਨਾਂ ਵਿੱਚ ਅਸੀਂ ਆਪ ਬਰਬਾਦ ਹੋਏ ਬੈਠੇ ਹਾਂ। ਜੇਕਰ ਤੁਸੀਂ ਵੀ ਖੇਤੀ ਨਾਲ ਸੰਬੰਧ ਰੱਖਦੇ ਹੋ ਤੇ ਕੋਈ ਵੀ ਖੇਤ ਦੇ ਵਿੱਚ ਦਵਾਈ ਲਾਉਣੀ ਹੈ ਤਾਂ ਇਹ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਦੇਖ ਲਓ। ਤਾਂ ਜਾਣਕਾਰੀ ਦੇ ਦਈਏ ਕਿ ਪਿੰਡ ਨਾਗਰਾ ਦੇ ਕਿਸਾਨ ਦੀ ਫਸਲ ਤੇ ਗਲਤ ਦਵਾਈ ਪਾਉਣ ਦੇ ਨਾਲ ਜਿਹੜੀ ਸਾਰੀ ਫਸਲ ਹੈ ਖਰਾਬ ਹੋ ਜਾਂਦੀ ਹੈ। ਤਾਂ ਜਾਣਕਾਰੀ ਦੇ ਦਈਏ ਕਿ ਲੜਕਾ ਸਪਰੇ ਕਰਵਾ ਰਿਹਾ ਹੁੰਦਾ ਤਾਂ ਜਦੋਂ ਲੜਕੇ ਨੂੰ ਚਾਹ ਲੈਣ ਦੇ ਲਈ ਘਰੇ ਜਾਂਦਾ ਤਾਂ ਮਜ਼ਦੂਰਾਂ ਦੇ ਵੱਲੋਂ ਗਲਤ ਦਵਾਈ ਪਾਉਣ ਦੇ ਨਾਲ ਕਿਸਾਨ ਦੀ 8 ਬੀਗੇ ਦੇ ਨਜ਼ਦੀਕ ਜਿਹੜੀ ਫਸਲ ਹੈ ਉਹ ਖਰਾਬ ਹੋ ਜਾਂਦੀ ਹੈ। ਤਾਂ ਜਾਣਕਾਰੀ ਦਿੱਤੀ ਗਈ ਹੈ ਕਿ ਇੰਨੀ ਕੁ ਜ਼ਮੀਨ ਸੀ ਕਿਸਾਨ ਦੇ ਕੋਲ ਤੇ ਇਹ ਵੀ ਫਸਲ ਖਰਾਬ ਹੋ ਗਈ ਤਾਂ ਕਿਸਾਨ ਦਾ ਸਾਰਾ ਕੁਝ ਤਬਾਹ ਹੋ ਗਿਆ। ਤਾਂ ਜਿਹੜੇ ਅਫਸਰਾਂ ਦੇ ਵੱਲੋਂ ਮੌਕੇ ਤੇ ਜਾਇਜ਼ਾ ਵੀ ਲਿਆ ਜਾਂਦਾ ਪਰ ਕਿਸਾਨ ਦਾ ਜਿਹੜਾ ਅੱਜ ਹਾਲਾਤ ਨੇ ਤਾਂ ਬੜੇ ਬੁਰੇ ਹੋ ਚੁੱਕੇ ਨੇ, ਨਾਜ਼ੁਕ ਹੋ ਹਟੇ ਨੇ। ਤਾਂ ਜਿਹੜਾ ਕਿਸਾਨ ਹੈ ਤਾਂ ਲੋਕਾਂ ਤੋਂ ਅਪੀਲ ਕਰ ਰਿਹਾ ਕਿ ਮੇਰੀ ਵੱਧ ਤੋਂ ਵੱਧ ਜਿਹੜੀ ਸਹਾਇਤਾ ਕੀਤੀ ਜਾਵੇ। ਤਾਂ ਤੁਸੀਂ ਵੀ ਜੇਕਰ ਆਪਣੇ ਖੇਤ ਦੇ ਵਿੱਚ ਕੋਈ ਸਪਰੇਅ ਕਰਵਾਉਣੀ ਹੈ ਤਾਂ ਜ਼ਰੂਰ ਆਪਣੀ ਨਿਗਰਾਨੀ ਹੇਠ ਕਰਾਓ ਅਤੇ ਸਹੀ ਦਵਾਈ ਦੀ ਵਰਤੋਂ ਕਰੋ। ਤਾਂ ਤੁਹਾਨੂੰ ਲੈ ਚੱਲਦਾ ਕਿਸਾਨ ਹੈ ਜਿਹੜਾ ਬੇਨਤੀ ਕਰ ਰਿਹਾ, ਕੀ ਕਹਿ ਰਿਹਾ ਕਿਸਾਨ, ਤੁਸੀਂ ਵੀ ਸੁਣੋ। ਹਰਪ੍ਰੀਤ ਸਿੰਘ ਆ ਜੀ ਮੇਰਾ ਨਾਮ। ਹਰਪ੍ਰੀਤ ਸਿੰਘ ਜੀ, ਕੀ ਪਾਣਾ ਵਾਪਰਿਆ ਤੁਹਾਡੀ ਫਸਲ ਨਾਲ ਜਿਹੜੀ ਦੇਖੀ ਜਾ ਰਹੀ ਹੈ? 8.5 ਬੀਗੇ ਤੁਹਾਡੇ ਤਹਿਸ ਨਹਿਸ ਹੋ ਗਏ, ਪੂਰੀ ਕਹਾਣੀ ਦੱਸੋਗੇ? ਕਹਾਣੀ ਤਾਂ ਕੀ ਹੈ ਜੀ, ਇਹਦੀ ਦਵਾਈ ਸਪਰੇ ਸਿਖਲਾਈ ਦੀ ਧੇਲੇ ਦੀ ਛਿੜਕਣ ਕਾਰਨ ਜੀ ਇਹਦੇ 'ਤੇ ਦਵਾਈ ਅੰਦਰ ਕੋਠੇ 'ਚ ਪਈ ਤੀ ਗਲਤ ਆਪਣੀ ਦੁਸੀ, ਅਤੇ ਉਹ ਉਹਦੇ ਵਿੱਚ ਦੀ ਨਾਲ ਘੋਲ ਹੋ ਗਿਆ ਜੀ। ਘੋਲ ਫਰਨ ਕਰਕੇ ਇਹ ਸਾਰੀ ਸਪਰੇ ਵੱਜ ਗਈ, ਉੱਤੋਂ ਸਾਰੀ ਦੇਖੋ ਜੀ ਸਾਰਾ ਨਾਸ਼ ਹੋ ਗਿਆ ਇਹਦੇ ਕਾਰਨ। ਹਾਂਜੀ, ਅਤੇ ਜਿਹੜੀ ਲੇਬਰ 'ਤੇ ਗਈ ਉਹਨਾਂ ਨੇ ਦੇਖੀ ਨਹੀਂ ਹੈਗੀ ਕਿੱਥੇ, ਬਸ ਉਹਨਾਂ ਨੇ ਲਵੇ ਪਈ ਜਾ ਕੇ ਵਿੱਚ ਹੀ ਘੋਲੀ ਗਈ, ਅਤੇ ਅਨਪੜ੍ਹਤਾ ਦੇ ਕਾਰਨ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਜਿਹੜੀ ਦਵਾਈ ਹੈ ਕੀ ਹੈ ਕਿਵੇਂ ਨਾ, ਬਸ ਉਹਨਾਂ ਜਿਹੀ ਜਿਹੀ ਮਿਲੀ ਉਹਨਾਂ ਨੂੰ ਉਹੀ ਜਿਹੀ ਘੋਲ ਕੇ ਉਹਨਾਂ ਨੇ ਮਾਰ ਗਏ। ਖੇਤੀਬਾੜੀ ਮਹਿਕਮੇ ਨੂੰ ਦਿੱਤੀ ਦੀ ਇਤਲਾਹ ਜੀ ਦਿੱਤੀ ਹੋਈ ਆ ਉਹਨਾਂ ਨੂੰ ਜੀ, SDM ਸਾਹਿਬ ਲਵੇ ਜਾਇਆ ਮੈਂ ਜੀ, ਠੀਕ ਹੈ ਜੀ, ਖੁਦ DC ਸਾਹਿਬ ਦੇ ਵੀ ਕਿਹਾ ਜੀ ਉਹਨਾਂ ਨੂੰ ਐਂ ਕਰਕੇ ਵੀ ਇਹਨਾਂ ਦੀ ਉਹ ਕਰੋ, ਅਤੇ ਉਹਨਾਂ ਨੂੰ 13 ਸਮਲਾਈ ਪਾਈ ਹੋਈ ਆ ਜੀ, ਹੁਣ ਦੇਖੋ ਕੀ ਕਰਦੇ ਨੇ ਅੱਗੇ ਉਹਨਾਂ ਦੀ ਉਹ ਆ ਜੀ। ਅਸੀਂ ਤਾਂ ਜਾ ਕੇ ਸਿਰਫ ਅਰਜੀ ਦੇ ਆਏ ਜੀ ਦੋ ਵਾਰੀ। ਬਹੁਤ ਬੁਰਾ ਹਾਲ ਹੈ ਜੀ, ਇਸੇ ਸਿਰ 'ਤੇ ਦੇਣਾ ਸੀਗਾ ਜੀ, 2-2.5 ਲੱਖ ਰੁਪਏ ਦਾ ਖਰਚਾ ਸੀਗਾ ਜੀ, ਇਸ ਨੇ ਇਹ 'ਚੋਂ ਦੇ ਕੇ ਹੁਣ ਵਿਆਜ ਵੂਜ ਦੇ ਕੇ ਲੋਕਾਂ ਨੇ ਮਾੜੀ ਐਡਜਸਟਮੈਂਟ ਕਰਨੀ ਤੀ ਜੀ, ਇਹਦੇ ਨਾਲ ਹੀ ਆਪਣਾ ਜਵਾਕਾਂ ਦੀ ਪੜ੍ਹਾਈ ਖੜਾਈ ਇਹਨਾਂ ਦੀ ਕੋਈ ਗਾਹਾਂ ਮੂਹਰੇ ਖਰਚਾ ਪੱਤਾ ਸਾਰਾ ਇਹਦੇ ਸਾਥ ਕਾਰਨ ਹੀ ਹੋਣਾ ਸੀਗਾ ਜੀ। ਅਤੇ ਹੋਰ ਤਾਂ ਹੁਣ ਸਾਡੇ ਲਵੇ ਕਿਹੜਾ ਕੋਈ ਕੋਈ ਅਸੀਂ ਕੋਈ ਉਹ ਕੰਮ ਕਰਦੇ ਹਾਂ ਜੀ, ਹੋਰ ਤਾਂ ਇਹੀ ਕੰਮ ਆ ਜੀ, ਇਹੀ ਖਾਂਦੇ ਹਾਂ, ਇਹੀ ਕਮਾਉਂਦੇ ਹਾਂ ਜੀ। ਮੌਜੂਦ ਹੋਣਾ ਚਾਹੀਦਾ ਜੀ, ਪਰ ਬੰਦਾ ਪੜ੍ਹਿਆ ਲਿਖਿਆ ਵੀ ਜ਼ਰੂਰੀ, ਖਬਰਾਂ ਚਾਹੀਦਾ ਲਵੇ ਜੀ ਬੰਦਾ, ਇਹਨੂੰ ਦਵਾਈ ਬਾਰੇ ਦੱਸੇ ਵੀ ਕਿੰਨਾ ਪਊਗੀ, ਕਿੰਨੀ ਘੋਲ ਪਊਗਾ, ਅਤੇ ਉਹਦੀ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੀ। ਉਹਨਾਂ ਦੀ ਲੇਬਰ ਦੀ ਅਨਪੜ੍ਹਤਾ ਦਾ ਖਾਤਾ ਜਾਂ ਤੁਹਾਨੂੰ ਭੁਗਤਣਾ ਪੈ ਗਿਆ ਹੁਣ? ਹਾਂਜੀ ਹਾਂਜੀ, ਉਹਨਾਂ ਦੀ ਅਨਪੜ੍ਹਤਾ ਕਾਰਨ ਸਾਨੂੰ ਇਹ ਸਾਰਾ ਹੰਜਾ ਸਾਨੂੰ ਭੁਗਤਣਾ ਪੈ ਗਿਆ ਜੀ। ਹਰਪ੍ਰੀਤ ਕੌਰ ਜੀ, ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਖੇਤ ਬਰਬਾਦ ਹੋ ਗਏ 8.5 ਬੀਗੇ? ਅਸੀਂ ਦੇਖ ਚੱਕ ਸਕਦੇ ਨਹੀਂ ਜੀ ਆਪਦੇ ਖੇਤ ਨੂੰ, ਬਹੁਤ ਬਰਬਾਦ ਹੋ ਗਿਆ ਵੀਰ ਜੀ। ਅਸੀਂ ਇਹਨਾਂ ਨੂੰ ਹਲਟ ਦੀ ਬਿਮਾਰੀ ਪੈ ਗਈ ਜੀ, ਟੈਕ ਦੀ ਬਿਮਾਰੀ ਹੋ ਗਈ ਜੀ, ਇਹਨਾਂ ਦਾ ਬਹੁਤ ਬੁਰਾ ਹਾਲ ਹੋ ਪਿਆ ਵੀਰ ਜੀ। ਬੱਚਿਆਂ ਦੀ ਫੀਸ ਭਰਨ ਕਿੰਨੇ ਚਾਹ ਕਰਿਆ, ਘਰ ਦੇ ਖਰਚ ਕਿੰਨੇ ਝਾਕਦਾ ਵੀਰ ਜੀ। ਅਸੀਂ ਹੁਣ ਅੱਗੇ ਅਸੀਂ ਕੀ ਕਰ ਸਕਦੇ ਹਾਂ ਵੀਰ ਜੀ, ਨਾ ਸਾਡੀ ਕੋਈ ਹੋਰ ਕਮਾਈ ਹੈ ਵੀਰ ਜੀ,
ਬਸ ਇਹੀ ਕਮਾਈ ਹੈ ਸਾਡੀ ਤਾਂ, ਇਹੀ ਸਾਡੀ ਬਰਬਾਦ ਹੋ ਗਈ ਇਹਨਾਂ ਵਿੱਚ, ਅਸੀਂ ਆਪ ਬਰਬਾਦ ਹੋਏ ਬੈਠੇ ਹਾਂ। ਕਰਦੀ ਕਬੀਲਦਾਰੀ, ਬੱਚਿਆਂ ਦੀ ਫੀਸਾਂ ਵੀ ਭਰਨੀਆਂ ਹੋਣੀਆਂ। ਹਾਂਜੀ ਉਹ ਵੀ ਭਰਨੀ ਆ, ਤੁਹਾਨੂੰ ਦੱਸਿਆ ਜੀ ਵੀ ਬੱਚਿਆਂ ਦੀ ਫੀਸ ਕਿੰਨੀ, ਵੀ ਝਾਕਦਾ ਜੀ ਉਹ ਭਰਨੀ ਹੈ ਜੀ, ਕਰਦੀ ਵੀ ਹੁਣ ਫੀ ਕਬੀਲਦਾਰੀ ਚਲਾਉਣੀ ਹੈ ਜੀ। ਕਰਜ਼ਾ ਕਿੰਨਾ ਚੜਿਆ? ਕਰਜ਼ਾ ਸਾਡੇ 2.5 ਲੱਖ ਹੈ ਜੀ। ਸੋ ਕਿਵੇਂ ਦੇਖਦੇ ਹੋ ਇੱਕ ਅਨਪੜ੍ਹਤਾ ਕਾਰਨ ਤੁਹਾਡੀ ਜਿਹੜੀ ਫਸਲ ਬਰਬਾਦ ਹੋ ਗਈ? ਹਾਂਜੀ ਹਾਂ, ਆਪਾਂ ਇਹ ਕਹਿੰਦੇ ਜੀ ਦੇਖੋ ਪੜ੍ਹੇ ਲਿਖੇ ਚਾਹੀਦੇ ਹੈ ਜੀ, ਜਨਤਾ ਵੀ ਅਨਪੜ੍ਹਤਾ ਕਰਕੇ ਸਾਡੇ ਸਾਰੇ ਖੇਤ ਦੀ ਬਰਬਾਦੀ ਆ ਗਈ ਜੀ। ਅੱਗੇ ਸਾਨੂੰ ਕਣਕ ਦੀ ਵੀ ਟੈਸਟ ਹੋਈ ਪਈ ਜੀ, ਅੱਗੇ ਹੋਣੀਆਂ ਕਿ ਨਾ ਹੋਣੀਆਂ, ਸਾਰੇ ਖੇਤ 'ਚ ਫੈਲ ਗਈ ਜੀ ਦਵਾਈ। ਕੀ ਅਪੀਲ ਕਰਦੇ ਹੋ ਤੁਸੀਂ ਸਾਡੇ ਦਰਸ਼ਕਾਂ ਨੂੰ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਮਦਦ ਕਰਨੀ ਚਾਹੁੰਦੇ ਜੀ, ਵੱਧ ਤੋਂ ਵੱਧ ਹੋਣੀ ਚਾਹੀਦੀ। ਹਾਂਜੀ ਵੱਧ ਤੋਂ ਵੱਧ ਹੋਣੀ ਚਾਹੀਦੀ ਜੀ।